ਇਹ ਖਬਰ ਸ਼ਾਹੀ ਸ਼ਹਿਰ ਪਟਿਆਲੇ ਦੀ ਹੈ। ਜਿੱਥੇ ਧੀਆਂ ਜੰਮਣ ਦੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਉੱਥੇ ਜਿਹੇ ਲੋਕ ਹਨ। ਸਮਾਜ ਵਿੱਚ ਧੀਆਂ ਜੰਮਣ ਤੇ ਸਹੁਰੇ ਪਰਿਵਾਰ ਵੱਲੋਂ ਨੂੰਹ ਨਾਲ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਜਾਂਦਾ ਹੈ। ਸੁਣੋ ਪੀੜਤਾ ਦੀ ਮੂੰਹ ਜ਼ਬਾਨੀ। ਹਾਂਜੀ ਮੈਡਮ, ਤੁਹਾਡਾ ਨਾਮ? ਮੇਰਾ ਨਾਮ ਮਨਜੀਤ ਪੂਜਾ। ਮੈਂ ਤੁਹਾਨੂੰ ਮੈਡਮ ਜੀ ਇਸ ਲਈ ਬੁਲਾਇਆ ਕਿ ਮੇਰੀ ਕੋਈ ਸੁਣਾਈ ਨਹੀਂ ਹੋ ਰਹੀ, ਕੁਛ ਨਹੀਂ ਹੋ ਰਿਹਾ, ਕਿ ਮੈਂ ਮੀਡੀਆ ਦੀ ਮਦਦ ਲੈਣਾ ਚਾਹੁੰਦੀ ਹਾਂ। ਕਿਸ ਵਿਸ਼ੇ 'ਤੇ ਮੈਡਮ? ਕਿ ਮੇਰੇ ਸਹੁਰਾ ਪਰਿਵਾਰ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਹੇ ਨੇ, ਮੈਨੂੰ ਬਹੁਤ ਟੋਰਚਰ ਕਰ ਰਹੇ ਨੇ, ਇਸ ਲਈ ਮੈਂ ਤੁਹਾਨੂੰ ਬੁਲਾਇਆ। ਤੁਹਾਡੇ ਹਸਬੈਂਡ ਦਾ ਨਾਮ ਮੈਡਮ? ਸਰਬਜੀਤ ਸਿੰਘ ਸਮਾਰਤੀ। ਤੁਹਾਡੀ ਮੈਰਿਜ ਨੂੰ ਕਿੰਨੇ ਸਾਲ ਹੋ ਗਏ? 10 ਸਾਲ ਹੋ ਗਏ ਮੈਮ। ਤੁਹਾਡੇ ਤੋਂ ਉਸ ਤੋਂ ਕੋਈ ਬੱਚਾ ਵੀ ਹੈ ਜੀ? ਹਾਂਜੀ, ਗੁੜੀਆ ਇੱਕ, 8 ਸਾਲ ਦੀ। ਠੀਕ ਆ। ਅਤੇ ਤੁਹਾਡੇ ਸਹੁਰੇ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਪ੍ਰੋਬਲਮ ਚੱਲ ਰਹੀ ਹੈ ਕਿ? ਹਾਂਜੀ, ਸ਼ੁਰੂ ਤੋਂ ਚੱਲ ਰਹੀ, ਪਹਿਲਾਂ ਤਾਂ ਠੀਕ ਰਹਿ ਰਹੇ ਸੀ, ਜਦੋਂ ਦੀ ਗੁੜੀਆ ਹੋਈ ਹੈ ਉਦੋਂ ਵੀ ਉਹਨਾਂ ਨੇ ਮੈਨੂੰ ਮਾਰ ਕੁਟਾਈ ਬਹੁਤ ਜ਼ਿਆਦਾ ਕੀਤੀ, ਮੇਰੇ ਹੱਥ ਤੋੜ ਦਿੱਤਾ, ਮੇਰੀ ਬਾਂਹ ਤੋੜ ਦਿੱਤੀ। ਮੈਂ ਉਹਨਾਂ ਦੇ ਘਰੇ ਕਿਸ ਨੇ ਮਾਰ ਕੁਟਾਈ ਕੀਤੀ? ਤੁਹਾਡੇ ਹਸਬੈਂਡ ਨੇ ਕਿ ਤੁਹਾਡੇ? ਮੇਰੀ ਸੱਸ ਨੇ ਔਰ ਮੇਰੇ ਹਸਬੈਂਡ ਦੋਨੋਂ ਨੇ। ਤੁਸੀਂ ਕੰਪਲੇਂਟ ਕੀਤੀ ਸੀ ਇਹਨਾਂ ਦੇ ਖਿਲਾਫ ਕੋਈ? ਹਾਂਜੀ, ਮੇਰੇ ਘਰ ਉੱਤੇ 57 ਹੋਈ ਸੀ, ਫਿਰ ਇਹਨਾਂ ਨੇ ਮੇਰੇ ਨਾਲ ਸਮਝੌਤਾ ਕਰ ਲਿਆ ਸੀ ਮੇਰੇ ਘਰ ਵਾਲੇ ਨੇ। ਕਿਹੜੇ ਥਾਣੇ 'ਚ? ਤ੍ਰਿਪੜੀ ਥਾਣੇ ਦੇ ਵਿੱਚ ਹੋਈ ਸੀਗੀ। ਉਸ ਤੋਂ ਬਾਅਦ ਫਿਰ ਸਮਝੌਤਾ ਕਰਕੇ ਫਿਰ ਮੇਰੇ ਕੋਲ ਆ ਗਿਆ, ਫਿਰ ਅਸੀਂ ਰਹਿਣ ਲੱਗੇ, ਫਿਰ ਦੁਬਾਰਾ ਅਸੀਂ ਕਿਰਾਏ 'ਤੇ ਰਹਿੰਦੇ ਸੀ। ਕੰਪਰੋਮਾਈਜ਼ ਹੋ ਗਿਆ ਸੀ ਤੁਹਾਡਾ? ਹਾਂਜੀ। ਉਸ ਤੋਂ ਬਾਅਦ ਵੀ ਬਸ ਇਹ ਮੈਨੂੰ ਪਰੇਸ਼ਾਨ ਹੀ ਕਰ ਰਹੇ ਨੇ। ਮੈਂ ਉਹ ਤਾਂ ਮੇਰੀ ਸੱਸ ਘਰੇ ਚਲ ਜਾਂਦੀ ਸੀ, ਅਸੀਂ ਪਹਿਲਾਂ ਕਿਰਾਏ 'ਤੇ ਰਹਿੰਦੇ, ਉੱਥੇ ਲੜਨ ਵਾਸਤੇ ਮੇਰੇ ਘਰ ਵਾਲੇ ਲਿਆਉਂਦੇ ਸੀ ਤੀਸਰੇ ਦਿਨ। ਉਸ ਤੋਂ ਬਾਅਦ ਫਿਰ ਮੇਰੇ ਕੋਲ ਚਲ ਜਾਂਦਾ ਸੀ ਵਾਪਸ, ਇਹੀ ਕੁਛ ਚੱਲ ਰਿਹਾ। 10 ਸਾਲ ਹੋ ਗਏ, ਮੈਂ ਬਹੁਤ ਦਰਖਾਸਤਾਂ ਦਿੱਤੀਆਂ, ਮੇਰੀ ਕੋਈ ਸੁਣਾਈ ਨਹੀਂ ਹੁੰਦੀ। ਹੁਣ ਮਤਲਬ ਹੱਦ ਤੋਂ ਜ਼ਿਆਦਾ ਕੁਛ ਹੋ ਗਿਆ, ਇਸ ਲਈ ਮੈਂ ਤੁਹਾਡੀ ਮਦਦ ਲੈ ਰਹੀ ਹਾਂ। ਓਕੇ, ਅਤੇ ਤੁਹਾਡੀ ਸੱਸ ਨੇ ਕਦੇ ਕੁਛ ਮਾੜਾ ਚੰਗਾ ਵੀ ਕਿਹਾ ਤੁਹਾਨੂੰ? ਮੈਨੂੰ ਬਹੁਤ ਜ਼ਿਆਦਾ ਉਹੀ ਪਰੇਸ਼ਾਨ ਕਰਦੇ ਹੈ, ਇਹੀ ਕਹਿੰਦੇ ਨੇ ਕਿ ਮੇਰੇ ਹਸਬੈਂਡ ਨੂੰ ਕਿ ਇਹਨੂੰ ਛੱਡ ਕੇ ਸਾਡੀ ਮਰਜ਼ੀ ਨਾਲ ਵਿਆਹ ਕਰਾ। ਹੁਣ 1.5 ਮਹੀਨਾ ਹੋ ਗਿਆ ਮੇਰੇ ਘਰ ਵੱਲ ਲੱਭ ਨਹੀਂ ਰਿਹਾ, ਨਾ ਕਿੱਥੇ ਹੈ ਕੁਛ ਵੀ ਮੈਨੂੰ ਨਹੀਂ ਪਤਾ, ਨਾ ਉਹਦਾ ਕੋਈ ਫੋਨ ਆਇਆ, ਨਾ ਮੇਰੇ ਕੋਲ ਕੋਈ ਪੈਸਾ, ਨਾ ਕੁਛ ਹੈ। ਮੈਂ ਵੀ ਇੱਥੇ ਰਹਿ ਰਹੀ ਹਾਂ, ਲੋਕਾਂ ਕੋਲੋਂ ਮੰਗ ਕੇ ਗੁਜ਼ਾਰਾ। ਆਰਤੀ ਚੌਧਰੀ, ND24 ਚੈਨਲ, ਪਟਿਆਲਾ ਤੋਂ ਆਰਤੀ ਚੌਧਰੀ ਦੀ ਰਿਪੋਰਟ।